ਗੱਲ ਸੁਣ ਚੁੰਮੇ ਵਾਲੀ ਐ ਭਾਬੀਏ ਜਿੰਦਾ ਤਰੀਵਣਾ ਬੋਲ ਤਰੀਵਣਾ ਬੋਲਣ ਨੂੰ ਤੂੰ ਸ਼੍ਰੀ ਦੇਵੀ ਆ ਹਾਂ ਮੈਂ ਸ਼੍ਰੀ ਦੇਵੀ ਆ ਉਹ ਜਾ ਤੂੰ ਲੁਧਿਆਣੇ ਦੇ ਚੌੜਾ ਬਾਜ਼ਾਰ ਜਿੰਦਾ ਤੇਰਾ ਟੇਡਾ ਬਕਵਾਸ ਕਰਦੀ ਆ ਤੂੰ ਹੈ ਮੇਰੀਆਂ ਕਿੰਨੀਆਂ ਸੋਹਣੀਆਂ ਫਿਲਮਾਂ ਆਈਆਂ ਮੈਂ ਸਮਝ ਗਿਆ ਨਾ ਕਿਹੜੀਆਂ ਤੇਰੀਆਂ ਫਿਲਮਾਂ ਆਈਆਂ ਨੇ ਹਾਏ ਜੇ ਮੈਂ ਸ਼੍ਰੀ ਦੇਵੀ ਵਰਗੀ ਸੋਹਣੀ ਆ ਤਾਂ ਤਾਂ ਹੀ ਮੇਰੀਆਂ ਇੰਨੀਆਂ ਸੋਹਣੀਆਂ ਫਿਲਮਾਂ ਆਈਆਂ ਮੈਂ ਇਹਦੀ ਕਿਹੜੀ ਫਿਲਮ ਆਈ ਐ ਵੀ ਸੋਹਣੀ ਆਏ ਚੁੰਮਿਆਂ ਵਾਲੀ ਭਾਬੀ ਲਓ ਜੀ ਹੁਣ ਰਣਜੀਤ ਕੌਰ ਦੀ ਫਿਲਮ ਆ ਰਹੀ ਆ ਚੁੰਮਿਆਂ ਵਾਲੀ ਭਾਬੀ ਨਵੀਂ ਤੁਸੀਂ ਦੇਖਣਾ ਨਹੀਂ ਭੁੱਲਣਾ ਹੈਗਾ ਵੱਧ ਤੋਂ ਵੱਧ ਕਮੈਂਟ ਕਰਨੇ ਆ ਵਧੀਆ ਕਮੈਂਟ ਕਰਨੇ ਆ ਗੰਦੇ ਕਮੈਂਟ ਨਹੀਂ ਕਰਨੇ ਠੀਕ ਆ ਨਾ ਜਦੋਂ ਆਪਾਂ ਗੰਦੇ ਕਮੈਂਟ ਕਰਦੇ ਆ ਇਹ ਕੁੜੀਆਂ ਵੀ ਪੜ੍ਹਦੀਆਂ ਨੇ ਇਹ ਮੁੰਡੇ ਵੀ ਪੜ੍ਹਦੇ ਨੇ ਠੀਕ ਆ ਨਾ ਤੁਸੀਂ ਲੋਕਾਂ ਨੂੰ ਕਹਿੰਦੇ ਗੰਦ ਪਾਉਂਦੇ ਆ ਤੁਸੀਂ ਵੀ ਤਾਂ ਕਮੈਂਟਾਂ 'ਚ ਜਾ ਕੇ ਗੰਦ ਪਾਉਂਦੇ ਹੋ ਕਿਉਂ ਪਾਉਂਦੇ ਹੋ ਗੰਦ ਕਿਸ ਗੱਲ ਲਈ ਪਾਉਂਦੇ ਹੋ ਗੰਦ ਮੇਰੀ ਗੱਲ ਸੁਣੋ ਹਾਂ ਹਾਣੇ ਮੇਰੀ ਸ਼ਾਪਿੰਗ ਕਰਾ ਲਿਆ ਉਹ ਕਿੱਥੇ ਜਾਵਾਂ ਤੈਨੂੰ ਸ਼ਾਪਿੰਗ ਕਰਾਉਣ ਸ਼ਿਮਲੇ ਇਹਨੂੰ ਸ਼ਾਪਿੰਗ ਕਰਾਉਣ ਲੈ ਕੇ ਜਾਓ ਸ਼ਿਮਲੇ ਆਹ ਸ਼ਿਮਲੇ ਵਾਲੀ ਦੇਖ ਲਓ ਹੈ ਜਿਹੜੀ ਉੱਥੇ ਬਰਫ਼ ਪੈਂਦੀ ਆ ਉਹ ਵੀ ਪੈਣੀ ਬੰਦ ਹੋ ਜੂਗੀ ਇਹਨੂੰ ਦੇਖ ਕੇ ਮੈਨੂੰ ਦੇਖ ਕੇ ਬਰਫ਼ ਪੈਣੀ ਬੰਦ ਹੋ ਜੂਗੀ ਤੇ ਹੋਰ ਕੀ ਬਸ ਕਰੋ ਉਹ ਤੂੰ ਜਾ ਯਾਰ ਕੰਮ ਕਰ ਮੇਰੇ ਸਿਵ ਸ਼ਕਤੀ ਹੰਸ ਨੇ ਵੀ ਜਾਣਾ ਵਾ ਸ਼ਿਮਲੇ ਚਲੋ ਫਿਰ ਸ਼ਾਪਿੰਗ ਕਰਾ ਕੇ ਸ਼ਾਪਿੰਗ ਕਰਾ ਕੇ ਲੱਗਿਆ ਵਾ ਚਲ ਕੀ ਲੈਣਾ ਵਾ ਸੂਟ ਲਾਉਂਗੀ ਲਹਿੰਗੇ ਲਾਉਂਗੀ ਇਹਨੂੰ ਲਹਿੰਗਾ ਲੈ ਕੇ ਦੇਣਾ ਮਸੀਸੇ ਵਾਲਾ ਹਨਾ ਹਾਂਜੀ ਹਾਂ ਪਾਜੇ ਪਤਾ ਮੈਂ ਕਿੱਦਾਂ ਤੁਰਿਆ ਕਰੂੰਗੀ ਕਿੱਦਾਂ ਤੁਰਿਆ ਕਰੂੰਗੀ ਆਏ ਹਾਏ ਆਏ ਠਮਕ ਠਮਕ ਠਮ ਠਮ ਕੇ ਠਮ ਕੇ ਠਮ ਠਮ ਆ ਬੈਠ ਸਣਾ ਵਾ ਤੈਨੂੰ ਰਾਤੀ ਸੁਪਨਾ ਆਇਆ ਮੈਨੂੰ ਜਾਣੀ ਕਿ ਤੇਰੀ ਮਾਂ ਨੇ ਕਬਰਾਂ ਦੇ ਵਿੱਚੋਂ ਆ ਕੇ ਮੇਰੇ ਬਾਪੂ ਨੂੰ ਤਾਜ਼ਾ ਦੁੱਧ ਪੁਲਾਇਆ ਜਾਣੀ ਕਿ ਤਾਜ਼ਾ ਦੁੱਧ ਪੁਲਾਇਆ ਲਓ ਜੀ ਜਿਹੜੀ ਇਹਦੀ ਮਾਂ ਸੀ ਠੀਕ ਆ ਨਾ ਉਹ ਵੀ ਕਿਸੇ ਨਾਲੋਂ ਘੱਟ ਨਹੀਂ ਸੀ ਇਹ ਅੱਖਾਂ ਚੁੰਮੇ ਇੱਕ ਵਾਰ ਦਿੰਦੇ ਉਹ 10 ਵਾਰ ਅੱਖਾਂ ਚੁੰਮੇ ਦਿੰਦੀ ਸੀ ਤੁਹਾਨੂੰ ਤਾਂ ਮੈਂ ਲੋਟ ਹੀ ਕਰ ਦਵਾਂਗਾ ਨਾ ਹੈ ਨਾ ਨਾ ਲੋੜ ਨੂੰ ਕੀ ਆ ਤੂੰ ਕੋਈ ਮਕੈਨਿਕ ਆ ਜਾਂ ਮਿਸਤਰੀ ਆ ਆਹੋ ਅੱਛਾ ਠੀਕ ਆ ਨਾ ਮੁੱਕਾ ਮੋਰ ਮਾਰ ਕੇ ਲੋਡ ਕਰ ਲੂੰਗਾ ਤੈਨੂੰ ਆ ਦੇਖੋ ਕਹਿੰਦੀ ਮੈਂ ਕਿਸੋਂ ਨਵਾਰ ਮਾਰ ਕੇ ਲੋਡ ਕਰ ਲੂੰਗੀ ਹਨਾ ਕਿਸੋਂ ਨਾ ਹੋਇਆ ਕਿ ਨਹੀਂ ਮੈਂ ਕਹਿੰਦਾ ਤਰਵਿੰਦਰ ਦਾ 2.5 ਕਿਲੋ ਦਾ ਕਿਸੋਂ ਹੋਇਆ 2.5 ਕਿਲੋ ਦਾ ਤਰਵਿੰਦਰ ਦਾ ਕਿ ਸੰਨੀ ਦਿਓਲ ਦਾ ਚੰਨ ਵੇ ਕੇ ਸੌਂਕਣ ਵੇਲੇ ਦੀ ਚੰਨ ਵੇ ਕੇ ਸੌਂਕਣ ਵੇਲੇ ਦੀ ਪੈਰੀ ਧੋ ਕੇ ਬਜੇ ਬਾਂ ਪਾਈਆਂ ਮੇਲ ਦੀ ਆਈਆਂ ਕੇ ਸੌਂਕਣ ਕੇ ਸੌਂਕਣ ਮੇਲੇ ਦੀ ਚੰਨ ਵੇ ਕੇ ਸੌਂਕਣ ਮੇਲੇ ਦੀ ਹਾਏ ਹਾਏ ਕੀ ਹਾਲ ਚਾਲ ਆ ਖੰਡ ਦਿਓ ਮਖਾਣੇ ਹੋ ਟਣੇ ਟਣੇ ਜੱਫੀ ਪਾ ਲਓ ਮੇਰਾ ਹਾਲ ਚਾਲ ਤਾਂ ਬਹੁਤ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਆ ਮੇਰਾ ਹਾਲ ਚਾਲ ਤਾਂ ਆ ਵੀ ਠੀਕ ਆ ਜਿਹੜਾ ਤੇਰੇ ਨਾਲ ਰਹਿਣਾ ਮੈਂ ਤੇਰੇ ਉੱਚਿਆਂ ਨਾਲ ਮਲਾਜੇ ਨੀ ਅਸੀਂ ਮਰ ਗਏ ਤੇਰੇ ਪਾ ਦੇ ਨੀ ਵੇਂਦੇ ਰਹਿੰਦੇ ਸੀਗੇ ਤੇਰੇ ਨੈਣ ਨਜ਼ਰ ਨਾ ਪੈਂਦੇ ਨਾ ਹੋਣ ਗਰੀਬਾਂ ਨੂੰ ਨੀ ਤੇਰੇ ਦਰਸ਼ਨ ਹੋ ਗਏ ਮਹਿੰਗੇ ਨਾ ਹੋਣ ਗਰੀਬਾਂ ਨੂੰ ਨੀ ਤੇਰੇ ਦਰਸ਼ਨ ਹੋ ਗਏ ਮਹਿੰਗੇ ਨਾ ਮੇਰੇ ਦਰਸ਼ਨ ਕਾਹਤਾ ਮਹਿੰਗੇ ਹੋ ਗਏ ਉਹ ਮੈਂ ਲੁਧਿਆਣੇ ਰਹਿਣਾ ਤੂੰ ਚੰਡੀਗੜ੍ਹ ਰਹਿਣੀ ਆ ਦਰਸ਼ਨ ਆਪ ਵੀ ਮਹਿੰਗੇ ਹੋ ਗਏ ਕਿ ਨਹੀਂ ਇਹ ਵੀ ਗੱਲ ਸਹੀ ਆ ਹੋਰ ਤੂੰ ਕਲੱਬਾਂ 'ਚ ਘੁੰਮਦੀ ਆ ਮੈਂ ਦੇਸੀ ਢਾਬਿਆਂ 'ਤੇ ਖਾਣਾ ਖਾਊਂਗੀ ਦਾਲ ਨਾਲ ਫੁਲਕਾ ਆਏ ਹਾਏ ਹਾਏ ਕਿਆ ਬਾਤ ਆ ਵਿੱਚ ਮੱਖਣ ਠੀਕ ਆ ਨਾ ਸਰੋਂ ਦਾ ਸਾਗ ਮੱਕੀ ਦੀ ਰੋਟੀ ਅੱਜ ਹੀ ਬਣਾਓ ਠੀਕ ਆ ਨਾ ਸ਼ਾਮ ਨੂੰ ਖਾਓ